Bismillah ar-Rahman ar-Rahim Sallallahu ala habibihi Muhammadin wa alihi wa sallam Assalamu alaikum Sare beli tagde ne Mainu pata si main kya Bawal Nagar te Faisalabad jo beli bade sare aa jane te inshallah kal mehfil hovegi te aaj main chahna ke jaldi tusi aaram kar lo ਅੱਗੇ ਪਿੱਛੇ ਤੇ ਇਹਨਾਂ ਦਿਨਾਂ ਠੰਡ ਨਹੀਂ ਹੁੰਦੀ ਪਰ ਅੱਜ ਕੱਲ੍ਹ ਠੰਡ ਵੀ ਪੈਂਦੀ ਅਤੇ ਆਰਾਮ ਹੋ ਜਾਵੇ ਥੋੜ੍ਹਾ ਜਿਹਾ ਲੰਗਰ ਸ਼ੀਫ ਖਾ ਕੇ ਅਤੇ ਫਿਰ ਪਿਛਲੀ ਰਾਤੇ ਉੱਠ ਕੇ ਅਤੇ ਨਫਲ ਵੀ ਹੋ ਜਾਣ ਅਤੇ ਦਰੂਦ ਪਾਕ ਵੀ ਹੋ ਜਾਵੇ ਤਾਂ ਕਿ ਹਜ਼ਰ ਸਾਹਿਬ ਪਾਕ ਵੇਖਣ ਕਿ ਇੰਨੇ ਬੇਲੀ ਪੈ ਨਫਲ ਵੀ ਪੜ੍ਹਦੇ ਨੇ ਆਪਦੇ ਤਰੀਕੇ 'ਤੇ ਅਤੇ ਦਰੂਦ ਪਾਕ ਵੀ ਪੜ੍ਹਦੇ ਨੇ ਆਪਦੇ ਤਰੀਕੇ 'ਤੇ ਅਤੇ ਫਿਰ ਤੁਹਾਡੇ 'ਤੇ ਕਰਮ ਹੋ ਜਾਵੇ ਵੀ ਸਾਰੇ ਮਾਮਲਾ ਤਾਂ ਅੱਲਾ ਕਰੀਮ ਖੈਰ ਕਰਦੇ ਤੇ ਤਕਰੀਰ ਤਕਰੂਰ ਨਹੀਂ ਤਕਰੀਰ ਤੇ ਲੋਕਾਂ ਵਾਸਤੇ ਹੁੰਦੀ ਹੈ ਤੇ ਆਪਣੇ ਘਰਦਿਆਂ ਵਾਸਤੇ ਤੇ ਗੱਲਾਂ ਬਾਤਾਂ ਹੁੰਦੀਆਂ ਨੇ ਤੇ ਬਸ ਐਵੇਂ ਗੱਲਾਂ ਬਾਤਾਂ ਅੱਜ ਵੀ ਤੇ ਕੱਲ੍ਹ ਵੀ ਇਨਸ਼ਾਅੱਲਾ ਹੋਣਗੀਆਂ ਤੇ ਮਾਸ਼ਾ ਅੱਲਾ ਜਿਵੇਂ ਕਿਵੇਂ ਮਸਜਿਦਾਂ ਦੇ ਅੰਦਰ ਚਲੇ ਜਾਇਆ ਜੇ ਛੋਟੀ ਮਸਜਿਦ 'ਚ ਅਤੇ ਹੋਰ ਇਸ ਤਰ੍ਹਾਂ ਫਿਰ ਠੰਡ ਜਿਹੜੀ ਥੋੜ੍ਹਾ ਫਰਕ ਪੈ ਜਾਂਦਾ ਹੈ ਅਤੇ ਅੱਲਾ ਤਬਾਰਕ ਵਤਾਲਾ ਤੁਹਾਨੂੰ ਖੁਸ਼ ਰੱਖੇ ਅੱਜ ਤੀਜੀ ਨਸ਼ਿਸ਼ ਦਾ ਆਗਾਜ਼ ਹੋ ਗਿਆ ਅਤੇ ਹਰ ਦਿਨ ਹੀ ਇੰਝ ਹੋ ਜਾਂਦਾ ਹੈ ਜਿਵੇਂ 28 ਫਰਵਰੀ ਹੁੰਦੀ ਹੈ ਹਰ ਦਿਨ ਹੀ ਉਨੀ ਰੌਣਕ ਬਣ ਜਾਂਦੀ ਅਤੇ ਅੱਲਾ ਤਬਾਰਕ ਵਤਾਲਾ ਤੁਹਾਨੂੰ ਆਪਣੀ ਹਿਫਜ਼-ਓ-ਅਮਾਨ 'ਚ ਰੱਖੇ ਅਤੇ ਅੱਲਾ ਤਾਲਾ ਸਾਰੀ ਖੈਰ ਵਾਫੀਅਤ ਕਰੇ ਅਤੇ ਬਸ ਮੈਂ ਸਿਰਫ ਤੁਹਾਡੀ ਜ਼ਿਆਰਤ ਵਾਸਤੇ ਆਇਆ ਸਾਂ ਮੈਂ ਕਿਹਾ ਸੀ ਮੈਂ ਜ਼ਿਆਰਤ ਵੀ ਕਰਾਂ ਅਤੇ ਨਾਲੇ ਆਪਾਂ ਸਾਰੇ ਰਲ ਕੇ ਦੁਆ ਵੀ ਕਰੀਏ ਕਿ ਚਲੋ ਆਪਾਂ ਦੁਆ ਕਰ ਲੈਂਦੇ اللهم صل على سيدنا محمد وآله وسلم یا اللہ کریم تینو حضرت صاحب پاک دا واسطہ نبی کریم صلی اللہ علیہ وسلم دا واسطہ اپنے پیاریاں دا واسطہ اے جڑے بیلی آئے نے انہاں دی چولیاں نو خیر و برکت نال بھر دے جڑے بیمار نے جنہاں دے بچے بیمار نے اللہ تبارک و تعالیٰ نو شفا عطا فرما دے ਜਿਹੜੇ ਲੋਕ ਰਾਹੋਂ ਬਿਰਾਹ ਨੇ ਅੱਲਾ ਕਰੀਮ ਨੂੰ ਸਿੱਧੀ ਰਾਹ 'ਤੇ ਲਾ ਦੇ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੇ ਸੁਨਤਾਂ ਦਾ ਪੈਕਰ ਇਹਨਾਂ ਬੇਲੀਆਂ ਨੂੰ ਬਣਾ ਦੇ ਅੱਲਾ ਕਰੀਮ ਇਹਨਾਂ 'ਤੇ ਖੈਰ ਕਰ ਦੇ ਸਾਡੇ ਸਾਰਿਆਂ 'ਤੇ ਖੈਰ ਕਰ ਦੇ ਅਜਮਾਇਨ ਬਰਹਮਤ ਲੋ ਬੇਲੀਓ ਹੁਣ ਲੰਗਰ ਸ਼ੀਫ ਖਾ ਕੇ ਪੈ ਜਾਓ ਸਵੇਰੇ ਜ਼ਰੂਰ ਤਜੱਦ ਅਤੇ ਦਰੂਦ ਸ਼ੀਫ ਪੜ੍ਹਨੀ ਅਤੇ ਫਿਰ ਆਪਾਂ ਕੱਲ੍ਹ ਜ਼ੋਰ ਤੱਕ ਇਨਸ਼ਾਅੱਲਾ ਮਹਿਫਲ ਰਹੇਗੀ ਕਿਉਂਕਿ ਗੱਲਾਂ ਬਾਤਾਂ ਮੈਂ ਵੀ ਤੁਹਾਡੇ ਨਾਲ ਕਰਾਂਗਾ